आज हम आपको एक बहुत ही खूबसूरत दो रंगों का डिजाइन बनाना सिखाते हैं। ये मैं ती फंदे पाए है, ती फंदे पाके मैं दो सिलाइया प्लेन चढ़ा लिया, जिवें थल्ले चढ़ाइया है, फिर आ डब्बी बनाई, फिर आ डब्बिया बना के दो सिलाइया मैं प्लेन चढ़ाइया। उतो हुण तुहानूं मैं आ वाली डब्बी शुरू करनी सिखाउणी है। सब तो पहला फंदा आप पीले रंग नाल लूणांगे। फिर पांच फंदे आप जामनी रंग नाल बनावांगे। फिर एक फंदा पीले रंग नाल। फिर पांच फंदे जामनी रंग नाल। फिर एक फंदा पीला, पांच फंदे जामनी। इस तरह ही आप पूरी सिलाई कंप्लीट करांगे। हुण अपनी पुठी सिलाई चढ़ूगी। पुठी सिलाई च आपां जिहड़े अपने जामनी फंदे पंज ही, इन्हां नूं आपां चार बनावांगे। आ पीला फंदा अगे अपने को एक ही, हुण इधरला एक अपर नाल रला के इन्हां नूं दो फंदे कर लांगे। फिर चार फंदे जामनी, दो फंदे पीले, फिर चार फंदे जामनी, दो फंदे पीले। इस तरह ही आप सारी सिलाई कंप्लीट करांगे। चार फंदे जामनी, दो फंदे पीले। अपनी तीसरी सीधी सिलाई चढ़न लगी है। पहले अपने फंदे जेड़े, पहला एक फंदा अपने को पीला ही, हुण अपने को दो फंदे, हुण आपां तीन फंदे इन्हां नूं पीले कर देने। जामनी भी तीन फंदे रह जाणगे। फिर तीन फंदे पीले, फिर तीन फंदे जामनी। तीन फंदे पीले, तीन फंदे जामनी। इस तरह ही आप पूरी सिलाई कंप्लीट करांगे। और उल्टी सिलाई, पहले दो फंदे अपने जामनी, पीले जेड़े तीन फंदे ही, हुण अपने कोल चार फंदे हो जाणगे। जामनी फंदा अपना एक एक कढ़दा गया, पीला अपना एक एक फंदा वधदा गया। फिर जामनी फंदे दो, पीले फंदे चार। दो फंदे जामनी, चार फंदे पीले। सारी सिलाई आप इस तरह ही कंप्लीट करांगे। हुण अगली सिलाई अपनी सीधी।
ਹੁਣ ਪੀਲੇ ਫੰਦੇ ਜਿਹੜੇ ਆਪਣੇ 5 ਫੰਦੇ ਹੋ ਜਾਣਗੇ। ਜਾਮਨੀ ਫੰਦਾ 1, ਫਿਰ 5 ਫੰਦੇ ਪੀਲੇ, ਜਾਮਨੀ ਫੰਦਾ 1, ਫਿਰ 5 ਫੰਦੇ ਪੀਲੇ, ਸਾਰੀ ਸਿਲਾਈ ਆਪਾਂ ਇਸ ਤਰ੍ਹਾਂ ਹੀ ਕੰਪਲੀਟ ਕਰਾਂਗੇ। ਹੁਣ ਇਹ ਆਪਣੀ ਅੱਧੀ ਡੱਬੀ ਬਣ ਗਈ ਆ, ਅੱਧੀ ਡੱਬੀ ਆਪਾਂ ਇਸ ਤਰ੍ਹਾਂ ਹੀ ਫੇਰ ਇਹਨੂੰ ਬਣਾਵਾਂ ਪੂਰੀ ਕਰਾਂਗੇ। ਪਹਿਲਾ ਫੰਦਾ ਜਾਮਨੀ ਰਹੂਗਾ, ਅਗਲੇ 5 ਫੰਦਿਆਂ ਚੋਂ 4 ਫੰਦੇ ਆਪਣੇ ਪੀਲੇ ਆ ਜਾਣਗੇ। ਜਾਮਨੀ ਜਿਹੜੇ ਉਹ 2 ਫੰਦੇ ਆ ਜਾਣਗੇ, 1 1 2, ਫਿਰ 5 4 ਫੰਦੇ ਆਪਣੇ ਪੀਲੇ, ਫਿਰ 2 ਫੰਦੇ ਜਾਮਨੀ, 4 ਫੰਦੇ ਪੀਲੇ, 2 ਫੰਦੇ ਪੀਲੇ ਜਾਮਨੀ, 4 ਫੰਦੇ ਪੀਲੇ, 2 ਫੰਦੇ ਜਾਮਨੀ। ਇਸ ਤਰ੍ਹਾਂ ਹੀ ਆਪਾਂ ਪੂਰੀ ਸਿਲਾਈ ਕੰਪਲੀਟ ਕਰਾਂਗੇ। ਹੁਣ ਆਪਣੀ ਇਹ ਡੱਬੀ ਇਸ ਤਰ੍ਹਾਂ ਜਿੱਦਾਂ ਆਹ ਡੱਬੀ ਬਣੀ ਆ ਟੇਢੀ ਟੇਢੀ, ਉਸ ਤਰ੍ਹਾਂ ਹੀ ਇਹ ਉੱਪਰੋਂ ਕੱਢਦੀ ਜਾਣੀ ਆ। ਹੁਣ ਆਹ ਜਿਹੜੇ ਆਪਣੇ 4 ਫੰਦੇ ਪੀਲੇ, ਇਹ ਆਪਣੇ ਕੋਲ 3 ਫੰਦੇ ਪੀਲੇ ਰਹਿ ਜਾਣੇ, ਪਹਿਲੇ 2 ਫੰਦੇ ਆਪਾਂ ਜਾਮਨੀ ਕਰ ਦਾਂਗੇ। ਤਿੰਨ ਫੰਦੇ ਪੀਲੇ, ਫਿਰ 3 ਫੰਦੇ ਜਾਮਨੀ, ਫਿਰ 3 ਫੰਦੇ ਪੀਲੇ, 3 ਫੰਦੇ ਜਾਮਨੀ, ਤਿੰਨ ਫੰਦੇ ਪੀਲੇ, 3 ਫੰਦੇ ਜਾਮਨੀ। ਇਸ ਤਰ੍ਹਾਂ ਹੀ ਆਪਾਂ ਪੂਰੀ ਸਿਲਾਈ ਕੰਪਲੀਟ ਕਰਾਂਗੇ। ਫਿਰ ਅਗਲੀ ਪੁੱਠੀ ਸਿਲਾਈ, ਪਹਿਲਾ ਫੰਦਾ ਆਪਣਾ 1 ਜਾਮਨੀ ਆਊਗਾ, ਪੀਲੇ ਜਿਹੜੇ ਆਪਣੇ 3 ਫੰਦੇ ਸੀ ਇਹ ਹੁਣ 2 ਰਹਿ ਜਾਣਗੇ, ਅਗਲੇ ਜਾਮਨੀ ਫੰਦੇ ਆਪਣੇ ਕੋਲ 4 ਹੋ ਜਾਣਗੇ, ਫਿਰ ਪੀਲੇ 2 ਫੰਦੇ, ਜਾਮਨੀ ਫੰਦੇ 4, ਦੋ ਫੰਦੇ ਪੀਲੇ, 4 ਫੰਦੇ ਜਾਮਨੀ, ਇਸ ਤਰ੍ਹਾਂ ਹੀ ਆਪਾਂ ਪੂਰੀ ਸਿਲਾਈ ਕੰਪਲੀਟ ਕਰਾਂਗੇ। ਹੁਣ ਅਗਲੀ ਸਿੱਧੀ ਸਿਲਾਈ, ਪਹਿਲੇ 4 ਫੰਦੇ ਜਾਮਨੀ, 1 ਫੰਦਾ ਪੀਲਾ, ਫਿਰ 5 ਫੰਦੇ ਜਾਮਨੀ, ਇਹ ਡੱਬੀ ਆਪਣੀ 5 ਫੰਦਿਆਂ ਦੀ ਆ, ਆਪਣੇ ਇੱਥੇ 4 ਫੰਦੇ ਇਸ ਕਰਕੇ ਰਹਿੰਦੇ ਕਿ ਆਪਣਾ 1 ਫੰਦਾ ਜਾਮਨੀ ਇੱਧਰਲੀ ਸਾਈਡ ਤੇ ਆ, ਫਿਰ 1 ਫੰਦਾ ਪੀਲਾ, ਫਿਰ 4 ਫੰਦੇ ਜਾਮਨੀ, 5 ਫੰਦੇ ਜਾਮਨੀ, 1 ਫੰਦਾ ਪੀਲਾ,
ਸਾਰੀ ਸਿਲਾਈ ਆਪਾਂ ਇਸ ਤਰ੍ਹਾਂ ਹੀ ਕੰਪਲੀਟ ਕਰਾਂਗੇ ਹੁਣ। ਇਹ ਆਪਣੀ ਡੱਬੀ ਕੰਪਲੀਟ ਹੋ ਗਈ ਆ, ਹੁਣ ਉਲਟੀ ਸਿਲਾਈ ਆਪਾਂ ਸਾਰੀ ਜਾਮਨੀ ਪਲੇਨ ਚੜਾਵਾਂਗੇ। ਜਿਹੜੇ ਪੀਲੇ ਫੰਦੇ ਉਹ ਵੀ ਆਪਾਂ ਜਾਮਨੀ ਬਣਾਵਾਂਗੇ। ਹੁਣ ਮੈਂ ਦੋ ਸਿਲਾਈਆਂ ਪਲੇਨ ਚੜਾ ਲਈਆਂ। ਹੁਣ ਆਪਣਾ ਪੀਲਾ ਧਾਗਾ ਇੱਧਰਲੀ ਸਾਈਡ ਆ, ਹੁਣ ਇਹ ਆਪਣੀ ਡੱਬੀ ਜਿਹੜੀ ਅਗਲੀ ਸ਼ੁਰੂ ਹੋਣੀ ਹੈ ਪੁੱਠੇ ਪਾਸਿਓ ਇੱਧਰਲੀ ਸਾਈਡ ਤੋਂ ਸ਼ੁਰੂ ਹੋਣੀ ਹੈ। ਹੁਣ ਇਹ ਮੈਂ ਤੁਹਾਨੂੰ ਸ਼ੁਰੂ ਕਰਨੀ ਸਿਖਾ ਦਿੰਦੀ, ਲੈਨ ਇੱਕ ਸਿਲਾਈ ਚੜਾ ਕੇ ਵਿਖਾ ਦਿੰਦੀ ਹਾਂ। ਪਹਿਲੇ ਪੰਜ ਫੰਦੇ ਆਪਣੇ ਜਾਮਨੀ ਆਉਣਗੇ, ਆਹ ਜਿਹੜਾ ਪੀਲਾ ਫੰਦਾ ਜਿੱਥੋਂ ਸ਼ੁਰੂ ਹੋਇਆ ਸੀ ਇਸ ਪੀਲੇ ਫੰਦੇ ਤੇ ਹੀ ਆਪਣਾ ਪੀਲਾ ਫੰਦਾ ਆਊਗਾ। ਇੱਕ ਫੰਦਾ ਪੀਲਾ, ਫਿਰ ਪੰਜ ਫੰਦੇ ਜਾਮਨੀ, ਇੱਕ ਫੰਦਾ ਪੀਲਾ, ਪੰਜ ਫੰਦੇ ਜਾਮਨੀ, ਇੱਕ ਫੰਦਾ ਪੀਲਾ, ਪੰਜ ਫੰਦੇ ਜਾਮਨੀ, ਜਾਮਨੀ, ਇੱਕ ਫੰਦਾ ਪੀਲਾ, ਫਿਰ ਪੰਜ ਫੰਦੇ ਜਾਮਨੀ, ਇੱਕ ਫੰਦਾ ਪੀਲਾ। ਇਹ ਹੁਣ ਉੱਤੇ ਆਪਣੀ ਫਿਰ ਆ ਦੂਜੀ ਡੱਬੀ ਸ਼ੁਰੂ ਹੋ ਗਈ। ਇਸ ਤਰ੍ਹਾਂ ਹੀ ਇਹ ਡਿਜ਼ਾਇਨ ਨੂੰ ਅੱਗੇ ਅੱਗੇ ਬਣਾਉਂਦੇ ਜਾਓ ਤੇ ਤੁਹਾਡਾ ਵਧੀਆ ਇੱਕ ਸ਼ਾਨਦਾਰ ਡਿਜ਼ਾਇਨ ਤਿਆਰ ਹੋ ਜਾਊਗਾ। ਅਗਰ ਆਪਣੇ ਇਸ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੇ, ਤਾਂ ਕਿ ਹਮ ਆਪਕੋ ਨਏ ਨਏ ਡਿਜ਼ਾਈਨਸ ਕੀ ਵੀਡੀਓਸ ਕੇ ਸਾਥ ਮਿਲਤੇ ਰਹੇ।